ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਵੀਂ ਸਿੱਖ ਵੂਮੈਨ ਰਿਟ੍ਰੀਟ ਦਾ ਸੱਦਾ ਲੈ ਕੇ ਹਾਜ਼ਰ ਹਾਂ ਜੀ। We would like to invite all girls and women from May 9 to 11 to experience the beauty of Sikhi as well as learn more about the body, mind and soul. ਆਓ ਜੀ, ਮਨ ਦੀ ਸ਼ਾਂਤੀ, ਸਰੀਰ ਦੀ ਤੰਦਰੁਸਤੀ ਤੇ ਆਤਮਾ ਦੇ ਨਾਲ ਇੱਕ ਸਾਂਝ ਪਾਈਏ। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਤੁਹਾਡੇ ਨਾਲ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਜਿਹੜੇ ਕਿ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਨੇ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਂਕੂਵਰ ਵਿੱਚ ਆ ਕੇ ਗੁਰਬਾਣੀ ਦੇ ਵਿੱਚ ਜੋ ਇਹਨਾਂ ਨੇ ਪਿੱਛੇ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ ਸੀ ਕਈ ਐਪੀਸੋਡਸ ਦੇ ਵਿੱਚ, ਜਿਵੇਂ ਕਿ ਕਰਮ ਸਿਧਾਂਤ ਕੀ ਹੈਗਾ, ਜਨਮ ਮਰਨ ਕੀ ਹੈਗਾ, 84 ਲੱਖ ਜੂਨਾਂ ਕੀ ਨੇ, ਇਸ ਨੂੰ ਮੁੱਖ ਰੱਖ ਕੇ ਗੱਲਾਂ ਬਾਤਾਂ ਜੋ ਕੀਤੀਆਂ ਉਸ ਦੇ ਫਲਸਰੂਪ ਤੁਹਾਡੇ ਵੱਲੋਂ ਬਹੁਤ ਸਾਰੇ ਸਵਾਲ ਆਏ। ਉਹਨਾਂ ਦਾ ਜਵਾਬ ਲੈ ਕੇ ਭਾਈ ਸਾਹਿਬ ਮੁੜ ਤੋਂ ਹਾਜ਼ਰ ਹੋਏ ਨੇ, ਕਿਉਂਕਿ ਮਕਸਦ ਹੈ ਇਹ ਕੋਈ ਬਹਿਸ ਨਹੀਂ, ਲੇਕਿਨ ਇਸ ਦੇ ਵਿੱਚ ਜਿੰਨਾ ਵੀ ਵਧੀਆ ਐਕਸਪਲੇਨੇਸ਼ਨ ਹੋਏ ਉਸ ਨਾਲ ਸਾਡੀ ਮਨ ਦੇ ਵਿੱਚ ਜਿਹੜੇ ਕੋਈ ਸਵਾਲ ਨੇ ਉਹਨਾਂ ਦਾ ਆਂਸਰ ਜਦੋਂ ਮਿਲੇਗਾ ਤਾਂ ਜ਼ਰੂਰ ਅਸੀਂ ਸੋਚਣ ਲਈ ਮਜਬੂਰ ਹੋਵਾਂਗੇ ਕਿ ਸਹੀ ਹੈ, ਗੁਰਮਤਿ ਸਾਨੂੰ ਕੀ ਸਿਖਾਉਂਦੀ ਹੈ। ਇਸੇ ਦੇ ਤਹਿਤ ਪਿਛਲੇ 2 ਹਫ਼ਤੇ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਇੱਕ ਸ਼ਬਦ ਜਿਸ ਦੇ ਬਾਰੇ ਕੈਲਗਰੀ ਤੋਂ ਸਾਡੇ ਇੱਕ ਭਾਈ ਸਾਹਿਬ ਨੇ ਸਾਨੂੰ ਈਮੇਲ ਰਾਹੀਂ ਇਹ ਸੰਪਰਕ ਕਰਕੇ ਦੱਸਿਆ ਸੀ ਕਿ ਇਹ ਜੋ ਕਰਮ ਸਿਧਾਂਤ ਦੀ ਜਿਹੜੀ ਫਿਲੋਸਫੀ ਹੈ ਇਸ ਵਿੱਚ ਪੂਰੇ ਤਰੀਕੇ ਨਾਲ ਇਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਹੋਰ ਕੀਤੀ ਜਾਏ। ਇਹ ਕਰ ਕਰੇ ਸੋ ਇਹ ਕਰ ਪਾਏ, ਇਹ ਸ਼ਬਦ ਦੀ ਵਿਆਖਿਆ ਪਿਛਲੀ ਵਾਰੀ ਭਾਈ ਸਾਹਿਬ ਗੱਲਬਾਤ ਕਰ ਰਹੇ ਸੀ। ਆਓ ਮੁੜ ਤੋਂ ਤੁਹਾਨੂੰ ਜੋੜਦੇ ਹਾਂ ਅਤੇ ਸਮਝਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰ ਰਹੇ ਨੇ। ਜੀ ਹਾਂ ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉਸੀ ਸ਼ਬਦ ਦੇ ਵਿੱਚ ਹੀ ਜਿਹੜਾ ਲਾਸਟ ਟਾਈਮ ਅਸੀਂ ਛੱਡਿਆ ਸੀ, ਇਹ ਕਰ ਕਰੇ ਸੋ ਇਹ ਕਰ ਪਾਵੇ, ਇਹ ਅਗੇਨ ਇਹ ਕੋਨਸੈਪਟ ਜਿਹੜਾ ਇੱਕ ਬੜਾ ਸਟਰੋਂਗ ਕੋਨਸੈਪਟ ਹੈ। ਤੁਸੀਂ ਯੋਗਾ ਦਾ ਵੀ ਜ਼ਿਕਰ ਕੀਤਾ ਸੀ ਪਿਛਲੀ ਵਾਰੀ ਅਤੇ ਲਾਸਟ ਟਾਈਮ ਜਦੋਂ ਅਸੀਂ ਸਮਾਪਤੀ ਕੀਤੀ ਸੀ ਤਾਂ ਯੋਗਾ ਦੀ ਗੱਲ ਕਰ ਰਹੇ ਸੀ ਅਸੀਂ, ਭਾਵੇਂ ਇਸ ਦੇ ਬਾਰੇ ਅਸੀਂ ਵਿਸਥਾਰ ਵਿੱਚ ਕਿਸੇ ਅਗਲੇ ਪ੍ਰੋਗਰਾਮ 'ਚ ਕਰਾਂਗੇ, ਪਰ ਯੋਗਾ ਨੂੰ ਵੀ ਅਸੀਂ ਜਿਹੜਾ ਸਮੇਟਤਾ ਇੱਕ ਸਮੇਂ ਦੇ ਵਿੱਚ, ਉਹ ਗੁਰਬਾਣੀ ਅਸਲ ਵਿੱਚ ਕਹਿੰਦੀ ਨਹੀਂ, ਪਰ ਸਾਡਾ ਸਾਰਿਆਂ ਦਾ ਵਿਸ਼ਵਾਸ ਜ਼ਿਆਦਾਤਰ ਇਹੀ ਹੈ ਕਿ ਇਹ ਵੱਖਰੇ ਵੱਖਰੇ ਸਮੇਂ ਹੈਗੇ ਨੇ। ਸੋ ਇਸੇ ਦੇ ਆਧਾਰ 'ਤੇ ਇਸ ਸ਼ਬਦ ਵਿੱਚ ਵੀ ਜੋ ਗੁਰੂ ਸਾਹਿਬ ਕਹਿ ਰਹੇ ਨੇ, ਅੱਗੇ ਕੀ ਦੱਸਣਾ ਚਾਹੋਗੇ? ਹਾਂਜੀ, ਅਸੀਂ ਗੱਲ ਕਰ ਰਹੇ ਸੀ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਂ ਜੀ, ਕਿ ਇਹ ਜਿਹੜਾ ਗੁਰੂ ਸਾਹਿਬ ਤੋਂ ਪਹਿਲਾਂ ਵੀ ਇਹ ਥਾਰ ਜਿਹੜਾ ਇਹ ਪ੍ਰਚਲਿਤ ਸੀ, ਮਤਲਬ ਗੁਰੂ ਸਾਹਿਬ ਦਾ ਹੀ ਇਹ ਮੰਨਣਾ ਨਹੀਂ, ਜਿਸ ਤਰ੍ਹਾਂ ਦੀ ਪਹਿਲੇ ਪਿੱਛੇ ਐਪੀਸੋਡ ਦੱਸਿਆ ਕਿ ਕਨਾਦ ਰਿਸ਼ੀ ਜਿਹੜਾ ਰਾਈਟ, ਉਹਨਾਂ ਨੇ ਵੀ ਇਸ ਗੱਲ ਉੱਤੇ ਹੀ ਜ਼ੋਰ ਦਿੱਤਾ ਸੀ। ਠੀਕ, ਇੱਕ ਦੂਜੇ ਰਿਸ਼ੀ ਜਿਹੜਾ ਮੀਮਾਂਸਾ ਦਾ ਕਰਤਾ, ਉਹਨਾਂ ਵੀ ਦੱਸਿਆ ਉਹਨਾਂ ਕਰਮ ਦੂਜੇ ਭਾਵ 'ਚ ਲਿਆ ਆ, ਕਰਮ ਕਰਨਾ ਤੋਂ ਲਿਆ ਹੋਇਆ ਜੀ, ਪਰ ਇਹ ਜਿਹਾ ਵਿਚਾਰ ਪਹਿਲਾਂ ਵੀ ਪ੍ਰਚਲਿਤ ਸੀ ਰਾਈਟ। ਪਰ ਅਸੀਂ ਉਦੋਂ ਬੇਨਤੀ ਕੀਤੀ ਸੀਗੀ ਕਿ ਜਿਹੜਾ ਬੰਦਾ ਜੋ ਕਰਦਾ ਉਹੀ ਨਹੀਂ ਭਰਦਾ, ਕਈ ਵਾਰਾਂ ਦੂਸਰੇ ਵੀ ਜਿਹੜੇ ਆ ਉਹ ਪ੍ਰਭਾਵਿਤ ਹੁੰਦੇ। ਅਸੀਂ ਥੋੜ੍ਹਾ ਜਿਹਾ ਵਿੱਚ ਇਹਦੇ ਐਡ ਕਰਨਾ ਚਾਹੁੰਦੇ ਹਾਂ ਰਾਈਟ, ਕਿ ਕਈ ਵਾਰ ਐਸਾ ਵੀ ਹੁੰਦਾ ਕਿ ਜਿਹੜਾ ਕਰਦਾ ਉਹ ਪ੍ਰਭਾਵਿਤ ਨਹੀਂ ਹੁੰਦਾ ਬਲਕਿ ਦੂਜੇ ਪ੍ਰਭਾਵਿਤ ਹੋ ਜਾਂਦੇ। ਠੀਕ, ਰਾਈਟ। ਤੋਂ ਗੁਰਬਾਣੀ ਦਾ ਜਿਹੜਾ ਸਾਚਾ ਸਾਡਾ ਇਹ ਮੰਨਣਾ ਹੀ ਨਹੀਂ ਬਲਕਿ ਅਤੁੱਟ ਵਿਸ਼ਵਾਸ ਆ ਕਿ ਗੁਰਬਾਣੀ ਦਾ ਜੋ ਸੱਚ ਆ ਉਹ ਹਮੇਸ਼ਾ ਸੱਚ ਸੀ, ਹੈ ਔਰ ਸੱਚ ਰਹੇਗਾ। ਠੀਕ, ਜੇਕਰ ਗੁਰਬਾਣੀ ਦੇ ਸੱਚ ਨੂੰ ਹੀ ਅਸੀਂ ਮੁੱਖ ਰੱਖਾਂਗੇ, ਹਾਂ ਜਿਹੜੀਆਂ ਉਦਾਹਰਨਾਂ ਜਿਹੜੇ ਹਵਾਲੇ ਆ ਜੇ ਉਹਨਾਂ ਨੂੰ ਸੱਚ ਸਮਝਾਂਗੇ, ਉਹਨਾਂ ਨੂੰ ਰਲਗੜ ਕਰ ਦੇਵਾਂਗੇ, ਫਿਰ ਤਾਂ ਸਭ ਕੁਝ ਜਿਹੜਾ ਮਿਕਸਅਪ ਹੋ ਜਾਊਗਾ। ਠੀਕ, ਤੋ ਗੁਰਬਾਣੀ ਵਿੱਚ ਜੇਕਰ ਯੋਗ ਆਖਿਆ ਆ ਕਿ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਂ, ਤਾਂ ਸਾਨੂੰ ਗੁਰਬਾਣੀ ਦੇ ਪ੍ਰਸੰਗ ਵਿੱਚ ਹੀ ਫਿਰ ਇਸ ਪੱਖ ਨੂੰ ਵੀ ਸਮਝਣ ਦੀ ਲੋੜ ਆ। ਠੀਕ ਹੈ, ਕਿ ਜਿਹੜੇ ਕਈ ਵਾਰ ਦੂਜੇ ਪ੍ਰਭਾਵਿਤ ਹੁੰਦੇ ਜ਼ਿਆਦਾ ਹੋ ਜਾਂਦੇ ਆ, ਜਿਹੜਾ ਕਰਨ ਵਾਲਾ ਉਹ ਘੱਟ ਪ੍ਰਭਾਵਿਤ ਹੁੰਦਾ ਜੀ। ਤੋ ਜਿਹੜਾ ਕਰਮ ਸਿਧਾਂਤ ਜਿਹੜਾ ਆਮ ਤੌਰ 'ਤੇ ਆਖਿਆ ਜਾਂਦਾ, ਇਹਦੇ ਬਾਰੇ ਅਸੀਂ ਥੋੜ੍ਹਾ ਜਿਹਾ ਹੋਰ ਚਰਚਾ ਕਰਾਂਗੇ, ਪਰ ਪਹਿਲਾਂ ਥੋੜ੍ਹਾ ਜਿਹਾ ਇਹਨੂੰ ਹੋਰ ਟੱਚ ਕਰ ਲਈਏ ਜੀ, ਕਿ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਂ। ਜਿਸ ਵੀਰ ਜੀ ਦਾ ਸਵਾਲ ਸੀਗਾ, ਉਹਨਾਂ ਦਾ ਨੇ ਸਵਾਲ ਉਠਾਇਆ ਸੀਗਾ ਵੀ ਅਸੀਂ ਕਹਿੰਦੇ ਹਾਂ ਵੀ ਹੋਰ ਵੀ ਪ੍ਰਭਾਵਿਤ ਹੁੰਦੇ ਆ, ਪਰ ਗੁਰਬਾਣੀ ਤਾਂ ਕਹਿੰਦੀ ਆ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਂ। ਠੀਕ, ਤੋ ਗੁਰਬਾਣੀ ਵੀ ਜਦੋਂ ਇਹ ਆਖਿਆ ਆ ਕਿ ਜਿੰਨੀ ਨਾਮ ਧਿਆਇਆ ਗੇ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਠੀਕ, ਜਿਹੜਾ ਇੱਕ ਚੰਗਾ ਬੰਦਾ ਇਨਸਾਨ ਆ ਵਾਹਿਗੁਰੂ ਵਿੱਚ ਜੁੜਿਆ ਹੋਇਆ, ਵਾਹਿਗੁਰੂ ਨੂੰ ਧਿਆਉਣ ਵਾਲਾ, ਰਵੀ ਗੁਣਾਂ ਨੂੰ ਧਾਰਨ ਕਰਨ ਵਾਲਾ ਜੀ, ਉਹ ਉਹਨਾਂ ਗੁਣਾਂ ਦੀ ਆਪ ਹੀ ਮਹਿਕ ਨਹੀਂ ਮੰਨਦਾ ਬਲਕਿ ਅਣਗਿਣਤ ਬੰਦੇ ਉਸ ਦੀ ਮਹਿਕ ਮੰਨਦੇ ਆ, ਉਸ ਨੂੰ ਲਾਭ ਉਠਾਉਂਦੇ ਆ। ਠੀਕ, ਬੰਦੇ ਨੇ ਇੱਕ ਹੀ ਆਉਣ ਗੁਰੂ ਸਾਹਿਬ ਸਾਡੇ ਸਾਹਮਣੇ ਉਦਾਹਰਨ ਆ, ਰਾਈਟ, ਹੋਰ ਕਈ ਮਰ ਜੀਵੜੇ ਹੋਏ ਆ, ਮਹਾਨ ਗੁਰਸਿੱਖ ਹੋਏ ਆ ਕਿ ਜਿਹਨਾਂ ਦੀ ਮਹਿਕ ਅਸੀਂ ਅੱਜ ਤੱਕ ਮੰਨ ਰਹੇ ਹਾਂ। ਠੀਕ, ਹੋਰ ਕਈ ਐਸੇ ਲੋਕ ਆ ਗਏ ਜਿਹੜੇ ਲੋਕਾਂ ਨੇ ਆਪ ਜਿਹੜਾ ਕੋਈ ਇਸ ਵਿਕਾਰਾਂ ਵਿੱਚ ਗਰਕੇ ਰਹੇ, ਗ੍ਰਸਤ ਰਹੇ, ਪਸ਼ੂ ਪੁਣੇ ਜਿਵੇਂ, ਔਰ ਉਹਨਾਂ ਦਾ ਪ੍ਰਭਾਵ ਜਿਹੜਾ ਉਹ ਕਈ ਖੇਤਰਾਂ ਵਿੱਚ ਅੱਜ ਵੀ ਜਿਹੜਾ ਜਿਉਂ ਦਾ ਤਿਉਂ ਕਾਇਮ ਆ। ਰਾਈਟ,
ਭਾਵੇਂ ਉਹ ਸਦੀਆਂ ਪਹਿਲਾਂ ਚਲੇ ਗਏ ਆ। ਉਹ ਨਾ ਕਰਮ ਜਿਹੜੇ ਆ ਉਹ ਅਸੀਂ ਹੱਥ ਨਾਲ ਕਰਦੇ ਹਾਂ, ਜ਼ੁਬਾਨ ਨਾਲ ਕਰਦੇ ਹਾਂ, ਕਲਮ ਨਾਲ ਕਰਦੇ ਹਾਂ। ਕਰਮ ਦਾ ਇੱਕ ਤਾਂ ਥੋੜ੍ਹੇ ਕੋਈ, ਕਰਮ ਦਾ ਕਈ ਤਰ੍ਹਾਂ ਨਾਲ ਕੀਤੇ ਜਾ ਸਕਦੇ ਆ। ਔਰ ਕਈਆਂ ਦੇ ਜਦੋਂ ਕੋਈ ਗੱਲ ਕਹਿ ਦਿੰਦਾ ਤਾਂ ਲਾਲਾ ਹੋ ਜਾਂਦੀ ਆ ਜੀ, ਗੱਲ ਦੋ ਸ਼ਬਦ ਹੀ ਬੋਲੇ ਹੁੰਦੇ ਆ ਉਹਨੇ, ਰਾਈਟ। ਚਾਹੇ ਰਾਜਨੀਤਿਕ ਦੁਨੀਆ ਦੇਖ ਲਓ, ਧਰਮ ਦੀ ਦੁਨੀਆ ਦੇਖ ਲਓ, ਕੋਈ ਦੇਖ ਆਪ ਸਮਾਜਿਕ ਗੱਲ ਦੇਖੋ, ਕੋਈ ਗੱਲ ਸ਼ਬਦ ਨਿਕਲ ਜਾਂਦੇ ਆ ਖਾਸ ਤੌਰ ਜਿੰਨਾ ਕੋਈ ਵੱਡਾ ਆਦਮੀ ਹੈ, ਜ਼ਿੰਮੇਵਾਰ ਬੰਦਾ, ਰਾਈਟ, ਤਾਂ ਉਹਦੀ ਇੱਕ ਗੱਲ ਫੜ ਕੇ ਫਿਰ ਕਿ ਤੂਫਾਨ ਖੜਾ ਹੋ ਜਾਂਦਾ। ਜਾਂ ਕਿਸੇ ਧਰਮ ਦੇ ਜਿਹੜਾ ਮੁਖੀ ਆ ਉਹਦੇ ਬਾਰੇ ਕੋਈ ਸ਼ਬਦ, ਕੋਈ ਦੋ ਸ਼ਬਦ ਹੀ ਬੋਲਦਾ, ਬਿਲਕੁਲ, ਪਰ ਉਹਦੇ ਨਾਲ ਕਿੰਨਾ ਵਾਪਰੋਲਾ ਖੜਾ ਹੋ ਜਾਂਦਾ, ਬਿਲਕੁਲ, ਕਿੰਨੇ ਬੰਦੇ ਮਾਰੇ ਜਾਂਦੇ ਆ। ਔਰ ਕਈ ਸਾਡੇ ਸਾਹਮਣੇ ਇਹਨਾਂ ਦਿਨਾਂ ਵੀ ਘਟਨਾਵਾਂ ਵਾਪਰੀਆਂ, ਕਿਸੇ ਨੇ ਕੋਈ ਬਿਆਨ ਦਿੱਤਾ ਉਹਦੇ ਰਿਐਕਸ਼ਨ ਵਿੱਚ ਬੜਾ ਕੁਝ ਹੋਇਆ। ਉਹ ਸਾਡੇ ਸਾਹਮਣੇ ਜਿਹੜੇ ਆ ਇੰਡੀਆ ਵਿੱਚ ਕਈ ਜਿਹੜੇ ਆ ਦੰਗੇ ਹੋਏ ਆ, ਉਹ 84 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਜੀ, ਜਿਹੜੇ ਸਿੱਖਾਂ ਨੂੰ ਕਈਆਂ ਨੂੰ ਰਾਜਨੀਤੀ ਦਾ ਪਤਾ ਵੀ ਨਹੀਂ, ਉਹ ਵੀ ਵਿੱਚ, ਉਹ ਵਿੱਚ ਜਿਹੜੇ ਆ ਈਵਨ ਕਈ ਜਿਹੜੇ ਸੀ ਉਹ ਸਿੱਖ ਨਹੀਂ ਸੀਗੇ, ਪੰਜਾਬੀ ਬੋਲਦੇ ਸੀਗੇ, 84 ਵਿੱਚ ਉਹਨਾਂ ਨੂੰ ਸਿੱਖ ਸਮਝ ਕੇ ਮਾਰ ਦਿੱਤਾ ਗਿਆ। ਠੀਕ, ਤਾਂ ਹੁਣ ਇਹ ਜਿਹੜੇ ਕਿ ਉਹਨਾਂ ਦਾ ਪਿਛਲਾ ਕਰਮ ਮਾੜਾ ਸੀ ਤਾਂ ਸਿੱਖਾਂ ਦੇ ਘਰ ਜਨਮੇ ਤਾਂ ਪੰਜਾਬੀ ਬੋਲਣ ਲੱਗੇ ਸੀਗੇ, ਅਤੇ ਜਿਹੜੀ ਉਹ ਪ੍ਰਭਾਵਿਤ ਹੀ ਹੋਏ ਆ। ਰਾਈਟ, ਅਸੀਂ ਇੱਕ ਦੂਜੇ ਤੋਂ ਪ੍ਰਭਾਵ ਤੋਂ ਬਿਨਾਂ ਨਹੀਂ ਰਹਿ ਸਕਦੇ। ਔਰ ਗੁਰੂ ਸਾਹਿਬ ਨੇ ਬਾਣੀ ਵੀ ਖਿਆਲ ਦਿੱਤਾ ਆ ਕਿ ਜੋ ਦੁੱਧ ਸੱਜ ਤੇ ਆਈਂਦੇ ਸੇ ਵਿਰਲੇ ਥੋੜੇ, ਠੀਕ, ਜੋ ਮਨ ਚਿਤ ਇੱਕ ਅਰਾਧ ਤੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਉਹਨਾਂ ਦੀ ਜਿਹੜੀ ਬਰਕਤ ਆ, ਰਾਈਟ, ਉਹਦੇ ਨਾਲ ਕਿੰਨੇ ਲੋਕ ਹੱਠਾਂ ਅਸੰਖ ਕਰੋੜੇ ਸ਼ਬਦ ਵਰਤਦੇ ਆ ਗੁਰੂ ਸਾਹਿਬ। ਠੀਕ, ਮਿਹਨਤ ਇੱਕ ਨੇ ਕੀਤੀ ਆ, ਘਾਲਣਾ ਇੱਕ ਨੇ ਘਾਲੀ ਆ, ਪਰ ਉਹਦਾ ਜਿਹੜਾ ਫਲ ਆ ਉਹ ਕਈਆਂ ਨੇ, ਉਹ ਅਣਗਿਣਤ ਬੰਦੇ ਜਿਹੜਾ ਉਹਦਾ ਲਾਭ ਉਠਾਉਂਦੇ ਆ। ਰਾਈਟ, ਜਿਹੜੀਆਂ ਕਈਆਂ ਨੇ ਖੋਜਾਂ ਕੀਤੀਆਂ ਹੋਈਆਂ, ਹੁਣ ਇੱਕ ਬੰਦੇ ਦੀ ਕਾਢ ਆ ਪਰ ਲਾਭ ਕਿੰਨੇ ਬੰਦੇ ਉਠਾ ਰਹੇ ਆ। ਜੇ ਅਸੀਂ ਆ ਬਰੂ ਦੀ ਗੱਲ ਹੀ ਕਰ ਰਹੀਏ, ਜਿਹਨੇ ਬਣਾਇਆ ਉਹਨੇ ਕਿੰਨੀ ਮਿਹਨਤ ਕੀਤੀ ਆ, ਬਿਲਕੁਲ, ਪਰ ਅੱਜ ਜਿਹੜੇ ਆ ਕਿੰਨੀ ਦੁਨੀਆ ਲਾਭ ਉਠਾ ਰਹੀ ਆ। ਪਹਿਲਾਂ ਤਾਂ ਇੱਕ ਬੰਦੇ ਦੀ ਦੇਣੀ ਸੀ ਹਰ ਖੇਤਰ ਵਿੱਚ ਜਿਹੜਾ, ਇਸ ਲਈ ਇਹ ਨਹੀਂ ਗੁਰਬਾਣੀ, ਗੁਰਬਾਣੀ ਤਾਂ ਬੜਾ ਸਪਸ਼ਟ ਆ ਜੀ ਕਿ ਜਿਹੜਾ ਮਾੜਾ ਬੰਦਾ ਉਹ ਆਪ ਤਾਂ ਦੁਖੀ ਹੈ ਹੀ ਆ, ਪਰ ਉਹ ਆਪਣੇ ਜਿਹੜੇ ਨਾਲ ਦੇ ਆ ਉਹਨਾਂ ਨੂੰ ਵੀ ਦੁਖੀ ਕਰਦਾ ਜੀ। ਮੈਂ ਸ਼ਬਦ ਫਿਰ ਦੁਆ, ਕੋਈ ਸ਼ਬਦ ਬਾਰੇ ਵਾਰ ਵਾਰ ਦੁਹਾਣੇ ਪੈ ਰਹੇ ਆ, ਉਹ ਇਸ ਲਈ ਤਾਂ ਕਿ ਗੱਲ ਫਿਰ ਸਪਸ਼ਟ ਹੋ ਜਾਏ ਕਿ ਹਰ ਖੇਤਰ ਵਿੱਚ ਚਾਹੇ ਕੋਈ ਚੰਗਾ ਇਨਸਾਨ ਆ ਚਾਹੇ ਮਾੜਾ, ਉਹ ਦੂਜਿਆਂ ਨੂੰ ਪ੍ਰਭਾਵਿਤ ਕਰਦਾ ਔਰ ਮਨੁੱਖਾਂ ਤੋਂ ਪ੍ਰਭਾਵਿਤ ਹੁੰਦਾ ਜੀ। ਜਿੰਨਾ ਕੋਈ ਵੱਧ ਜ਼ਿੰਮੇਵਾਰ ਵਿਅਕਤੀ ਆ ਉਨਾ ਜ਼ਿਆਦਾ, ਉਨਾ ਹੀ ਜਿਹੜਾ ਉਹ ਵੱਧ ਪ੍ਰਭਾਵ ਪੈਂਦਾ। ਠੀਕ, ਜੋ ਇੱਕ ਪ੍ਰਾਈਮ ਮਿਨਿਸਟਰ ਕਿਸੇ ਦੇਸ਼ ਦਾ ਜਾਂ ਪ੍ਰੈਜੀਡੈਂਟ ਜਿਹੜਾ ਉਹਦਾ ਜਿਹੜਾ ਕੋਈ ਕਰਮ ਆ, ਐਕਸ਼ਨ ਆ, ਉਹਦੇ ਸ਼ਬਦ ਆ ਜਾਂ ਕੋਈ ਉਠਾਇਆ ਹੋਇਆ ਕਦਮ ਆ ਜੀ, ਉਹ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦਾ, ਕਈ ਵਾਰ ਕਈ ਹੋਰ ਦੇਸ਼ਾਂ ਨੂੰ ਵੀ ਪ੍ਰਭਾਵਿਤ ਕਰਦਾ, ਪਰ ਮੇਰੇ ਵਰਗੇ ਦਾ ਕੋਈ ਉਹਦੀ ਕੋਈ ਵੈਲਿਊ ਨਹੀਂ। ਰਾਈਟ, ਇਸ ਲਈ ਇਹ ਡਿਪੈਂਡ ਕਰਦਾ ਕਿ ਕੋਈ ਵਿਅਕਤੀ ਜਿਹੜਾ ਉਹਦਾ ਕਿੰਨਾ ਕੁ ਸਟੈਟਸ ਆ, ਕੀ ਸਟੈਟਸ ਆ ਉਹਦਾ, ਔਰ ਜਿੰਨਾ ਕੋਈ ਜ਼ਿੰਮੇਵਾਰ ਆ ਵਧੇਰੇ ਉਹ ਪ੍ਰਭਾਵਿਤ ਕਰਦਾ ਜੀ। ਜੇ ਇੱਕ ਸ਼ਰਾਬੀ ਕਬਾਬੀ ਬੰਦਾ ਤਾਂ ਸਾਰਾ ਪ੍ਰਭਾਵ ਪ੍ਰਭਾਵਿਤ ਹੁੰਦਾ। ਰਾਈਟ, ਹੁਣ ਜਿਹੜਾ ਇੱਕ ਬੰਦਾ ਹੱਦੋਂ ਵੱਧ ਨਸ਼ੇ ਵਰਤਦਾ, ਉਹ ਤਾਂ ਆਪਣਾ ਨਸ਼ੇ ਵੀ ਧੁੱਤ ਹੈ ਹੀ ਆ, ਰਾਈਟ, ਪਰ ਉਹਦੇ ਘਰ ਵਾਲੀ, ਉਹਦੇ ਬੱਚੇ ਸਾਰੇ ਪ੍ਰਭਾਵਿਤ ਹੁੰਦੇ ਆ, ਅਸੀਂ ਕਿਵੇਂ ਇਨਕਾਰ ਕਰ ਸਕਦੇ ਹਾਂ। ਤਾਂ ਗੁਰਬਾਣੀ ਜਿਹੜੀ ਆ, ਗੁਰਬਾਣੀ ਸਾਡੇ ਜੀਵਨ ਦੇ ਹਰ ਪਹਿਲੂ ਵਿੱਚ ਅਪਲਾਈ ਹੁੰਦੀ ਆ। ਰਾਈਟ, ਗੁਰਬਾਣੀ ਨਿਰਾ ਫਲਸਫਾ ਨਹੀਂ, ਠੀਕ, ਗੁਰਬਾਣੀ ਜਿਹੜੀ ਆ ਉਹ ਸਾਡੇ ਮਨੁੱਖਾਂ ਲਈ ਆ, ਠੀਕ, ਔਰ ਸਾਡੇ ਜੀਵਨ ਦੇ ਹਰ ਪੱਖ ਵਿੱਚ ਹਰ ਪਹਿਲੂ ਨੂੰ ਕਵਰ ਕਰਦੀ ਆ, ਔਰ ਸਾਡੇ ਸਾਹਮਣੇ ਗੁਰਬਾਣੀ ਦਾ ਸੱਚ ਜਿਹੜਾ ਸਾਡੇ ਸਾਹਮਣੇ ਉਸ ਜੀਵਨ ਨੂੰ ਰੱਖ ਕੇ ਸਾਨੂੰ ਇੱਕ ਸੱਚੀ ਸੁੱਚੀ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦਿੰਦਾ। ਰਾਈਟ, ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਗੁਰਬਾਣੀ ਦੇ, ਜਿਸਾ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਇਹ ਕਰ ਕਰੇ ਸੋ ਇਹ ਕਰ ਪਾਏ ਦਾ ਇੱਕ ਪਹਿਲੂ ਆ। ਰਾਈਟ, ਉਹ ਇੱਕ ਪ੍ਰਕਰਨ ਵਿੱਚ ਇੱਕ ਪ੍ਰਸੰਗ ਵਿੱਚ ਉਹਦਾ ਜਿਹੜਾ ਆਪਣਾ ਇੱਕ ਮਤਲਬ ਆ ਜਿਹੜਾ ਕਿ ਬੜਾ ਭਾਵਪੂਰਤ ਆ। ਠੀਕ, ਪਰ ਇਹਦਾ ਇਹ ਭਾਵ ਨਹੀਂ ਕਿ ਜਿਹੜਾ ਗੁਰੂ ਸਾਹਿਬ ਨੇ ਆਖਿਆ ਕਿ ਹੋਰ ਕੁਛ ਹੁੰਦਾ ਹੀ ਕੁਛ ਨਹੀਂ। ਰਾਈਟ, ਫਿਰ ਜੇ ਉਹ ਕੁਝ ਹੋ ਰਿਹਾ ਤਾਂ ਮਤਲਬ ਗੁਰਬਾਣੀ ਗਲਤ ਆ। ਰਾਈਟ, ਫਿਰ ਅਸੀਂ ਇਹੀ ਆਖਾਂਗੇ, ਐਬਸੋਲਿਊਟਲੀ, ਮਤਲਬ ਇੱਕ ਸ਼ਰਾਬੀ ਵਿਅਕਤੀ ਜਿਹੜਾ ਡਰਾਈਵ ਕਰ ਰਿਹਾ, ਉਹ ਕਿਸੇ ਗੱਡੀ ਮਾਰ ਦਿੰਦਾ ਜੀ, ਉਹ ਆਪ ਵੀ ਮਰਦਾ, ਮਾਰਦਾ ਵੀ ਹੁੰਦਾ, ਦੂਜੇ ਨੂੰ ਮਾਰੂਗਾ ਜੀ, ਉਹ ਪ੍ਰਭਾਵਿਤ ਨਹੀਂ ਕਰ ਰਿਹਾ, ਕੀ ਕਰ ਰਿਹਾ ਉਹ। ਰਾਈਟ, ਫਿਰ ਜੇ ਪਰਿਵਾਰ ਸਾਰਾ ਉਹਦੇ 'ਤੇ ਨਿਰਭਰ ਕਰ ਰਿਹਾ ਤਾਂ ਫਾਈਨੈਂਸ਼ਲੀ ਉਹਨਾਂ ਨੂੰ ਪ੍ਰੋਬਲਮ ਆਉਣੀ ਆ। ਬਿਲਕੁਲ, ਹੁਣ ਬੱਚਿਆਂ ਨੂੰ, ਪਤਨੀ ਨੂੰ ਕਿੰਨੀ ਮੁਸ਼ਕਿਲ ਆਉਣੀ ਆ ਜੇਕਰ ਉਹ ਕੰਮ ਨਹੀਂ ਕਰ ਰਹੇ ਜੀ, ਜਿਹੜੇ ਹੋਰ ਵਿਅਕਤੀ ਮਾਰ ਰਹੇ ਆ, ਹੋ ਸਕਦਾ ਵਿਚਾਰੇ ਉਹਨਾਂ 'ਤੇ ਵੀ ਇਸ ਤਰ੍ਹਾਂ ਹੀ ਜਿਹੜਾ ਪਰਿਵਾਰ ਨਿਰਭਰ ਕਰਦਾ ਹੋਵੇ। ਇੱਕ ਬੰਦੇ ਦੀ ਗਲਤੀ ਆ ਜੇ ਉਹ ਬੱਸ ਡਰਾਈਵ ਕਰ ਰਹੇ ਆ ਜਾਂ ਪਾਇਲਟ ਕੋਈ ਜਿਹੜਾ ਹਵਾਈ ਜਹਾਜ਼ ਉਹ ਗਲਤੀ ਕਰ ਰਹੇ ਆ ਜੀ, ਸ਼ਰਾਬ ਪੀ ਕੇ ਚਲਾਉਣ ਲੱਗ ਪਏ ਆ, ਕੋਈ ਹੈਪਨ ਹੋ ਗਿਆ ਜੀ, ਕਿੰਨੇ ਮਸਾਫਰ ਮਾਰੇ ਗਏ। ਰਾਈਟ, ਇਸ ਲਈ ਇਹ ਨਹੀਂ ਕਿ ਗੁਰਬਾਣੀ ਉੱਥੇ ਜਿਹੜੀ ਆ ਗੁਰਬਾਣੀ ਚੁੱਪ ਆ, ਨਹੀਂ, ਗੁਰਬਾਣੀ ਦੱਸਿਆ ਕਿ ਸਾਡਾ ਹਰ ਪਹਿਲੂ ਜਿਹੜਾ ਉਹ ਸਾਨੂੰ ਦੂਜੇ ਸਾਨੂੰ ਹੀ ਨਹੀਂ ਬਲਕਿ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਦਾ। ਰਾਈਟ, ਕਿਸ ਤਰ੍ਹਾਂ ਕਰਦਾ ਉਹ ਨਿਰਭਰ ਕਰਦਾ ਕਿ ਕਿਹੋ ਜਿਹਾ ਵਾਤਾਵਰਨ ਆ, ਕਿਹੋ ਜਿਹਾ ਕਰਮ ਆ,
ਅਸੀਂ ਕਿਹੋ ਜਿਹਾ ਕਦੋਂ ਪੁੱਟਿਆ, ਕਿਹੋ ਜਿਹਾ ਲਿਖਿਆ, ਕਿਹੋ ਜਿਹਾ ਬੋਲਿਆ, ਕਿਹੋ ਜਿਹਾ ਕੀਤਾ, ਰਾਈਟ, ਔਰ ਜਿਹਨਾਂ ਵਿੱਚ ਕੀਤਾ, ਕਿਹੋ ਜਿਹੀ ਪ੍ਰਸਥਿਤੀ ਸੀ, ਕਿਹੋ ਜਿਹੇ ਲੋਕ ਸੀ, ਕਿਹੋ ਜਿਹਾ ਵਾਤਾਵਰਨ ਸੀ, ਇਹ ਸਾਰੀਆਂ ਗੱਲਾਂ ਇਨਕਲੂਡ ਕਰਦੀਆਂ ਇਹਦੇ ਵਿੱਚ। ਬਿਲਕੁਲ ਜੀ ਭਾਈ ਸਾਹਿਬ, ਉਹੀ ਗੱਲ ਆ ਜਾਂਦੀ ਹੈ ਕਿ ਬਾਣੀ ਦੇ ਵਿੱਚ, ਕਿਉਂਕਿ 1430 ਅੰਗ ਜਿਹੜੇ ਹੈਗੇ ਨੇ, ਹਰ ਥਾਂ ਹੀ ਗੁਰੂ ਸਾਹਿਬ ਨੇ ਜੋ ਕੀਆ ਹੈ ਕਿ ਹਰ ਇੱਕ ਪ੍ਰਸੰਗ ਵੱਖਰਾ ਹੋ ਸਕਦਾ ਹੈ, ਪਰ ਅਗੇਨ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਹੀ ਕਹਿੰਦੇ ਹੋ ਕਿ ਗੁਰਬਾਣੀ ਸੱਚ ਸੀ ਹੈ ਅਤੇ ਰਹੇਗੀ, ਉਸ ਨੂੰ ਅਸੀਂ ਤੋੜ ਮਰੋੜ ਕੇ ਆਪਣੇ ਆਪ ਲਈ ਉਸਨੂੰ ਕੰਟਰੋਲ ਨਹੀਂ ਕਰ ਸਕਦੇ, ਉਸਨੂੰ ਸਾਈਡਲਾਈਨ ਨਹੀਂ ਕਰ ਸਕਦੇ, ਜੋ ਹੈ ਉਹ ਹੈ। ਸੋ ਗੁਰੂ ਸਾਹਿਬ ਨੇ ਜਿੱਥੇ ਵੀ ਪ੍ਰਸੰਗ 'ਚ ਵਰਤਿਆ, ਅਗੇਨ ਜਿਸ ਤਰ੍ਹਾਂ ਹਮੇਸ਼ਾ ਹੀ ਤੁਸੀਂ ਪਿਛਲੇ ਸਮੇਂ ਵੀ ਕਹਿੰਦੇ ਆਏ ਹੋ ਕਿ ਰਹਾਓ ਦੀ ਤੁੱਕ ਨੂੰ ਲੈ ਕੇ ਜੇਕਰ ਉਸਦੇ ਆਲੇ ਦੁਆਲੇ ਉਸਨੂੰ ਸਮਝ ਕੇ ਅਸੀਂ ਕੀ ਲਿਖਿਆ ਉਹ ਸਮਝਾਂਗੇ, ਤਾਂ ਉਸ ਨਾਲ ਬਹੁਤ ਸਾਰੇ ਜਿਹੜੇ ਸਾਡੇ ਸ਼ੱਕ ਸ਼ੁਬੇ ਨੇ ਉਹ ਖਤਮ ਹੋ ਜਾਣਗੇ। ਅੱਛਾ, ਇੱਕ ਹੁਣ ਹੋਰ ਗੱਲ ਆਉਂਦੀ ਹੈਗੀ ਹੈ ਕਿ ਜਿਸ ਤਰ੍ਹਾਂ ਅੱਜ ਤੁਸੀਂ ਜਿਸ ਤਰ੍ਹਾਂ ਜੋ ਪਿਛਲੇ ਸਮੇਂ ਦੌਰਾਨ ਕਿਹਾ, ਕੁਝ ਕਾਲਸ ਵੀ ਆਈਆਂ ਕਿ ਜੇਕਰ ਕੁਝ ਹੈ ਹੀ ਨਹੀਂ ਅੱਗੇ, ਤਾਂ ਫਿਰ ਇਹ ਜੀਵਨ ਜਿਹੜਾ ਮਿਲੇ, ਇਸ ਮੌਜ ਮਸਤੀ ਕਰੋ, ਐਸ਼ ਕਰੋ। ਅਸੀਂ ਇਸ ਬਾਰੇ ਵੀ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ, ਪਰ ਵਿਸਥਾਰ ਵਿੱਚ ਗੱਲ ਨਹੀਂ ਹੋਈ ਸੀ। ਇਹਦਾ ਬ੍ਰੇਕ ਤੋਂ ਬਾਅਦ ਮੈਂ ਚਾਹਾਂਗਾ ਕਿ ਵਿਸਥਾਰ ਵਿੱਚ ਥੋੜ੍ਹੀ ਜਿਹੀ ਗੱਲਬਾਤ ਹੋਰ ਕਰ ਲਈਏ ਕਿ ਇਹਨੂੰ ਵੀ ਗੁਰੂ ਸਾਹਿਬ ਜੋ ਸਾਨੂੰ ਬਾਣੀ ਵਿੱਚ ਉਪਦੇਸ਼ ਕਰ ਰਹੇ ਨੇ, ਕਿਵੇਂ ਇਸ ਨੂੰ ਸਮਝ ਕੇ ਇਹ ਸਮਝੀਏ ਕਿ ਇਹ ਜੀਵਨ ਜੋ ਪ੍ਰਾਪਤ ਹੋਇਆ, ਇਹ ਨਹੀਂ ਕਿ ਜਾਨਵਰਾਂ ਵਾਂਗੂ ਅਸੀਂ ਇਹ ਜੀਵਨ ਬਿਤਾ ਦਈਏ। ਇਸਦਾ ਜੋ ਮਕਸਦ ਹੈ, ਉਸਨੂੰ ਸਮਝ ਕੇ ਕਿਵੇਂ ਅਸੀਂ ਉੱਚੇ ਆਪਣੇ ਆਪ ਨੂੰ ਚੁੱਕਣਾ, ਇਸ ਬਾਰੇ ਗੱਲ ਕਰਨੀ ਹੈ ਇਸ ਬ੍ਰੇਕ ਤੋਂ ਬਾਅਦ ਜੀ। ਭਾਈ ਜਸਬੀਰ ਸਿੰਘ ਜੀ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕਰਨਗੇ ਹੁਣ, ਕਿਉਂਕਿ ਜਿਹੜੇ ਤੁਹਾਡੇ ਵੱਲੋਂ ਸਵਾਲ ਭੇਜੇ ਗਏ ਉਸੀ ਸੰਬੰਧ ਵਿੱਚ ਪਿਛਲੇ 3-4 ਹਫ਼ਤਿਆਂ ਤੁਸੀਂ ਗੱਲਬਾਤ ਕਰ ਰਹੇ ਹਾਂ। ਜੇਕਰ ਅੱਗੇ ਕੁਝ ਹੈ ਹੀ ਨਹੀਂ, ਤਾਂ ਫਿਰ ਇਸ ਜਨਮ ਦੇ ਵਿੱਚ ਸਾਨੂੰ ਕਿਉਂ ਕੁਝ ਪਾਠ ਪੂਜਾ ਕਰਨ ਦੀ ਲੋੜ ਹੈ, ਕਿਉਂ ਇੱਕ ਚੰਗਾ ਜੀਵਨ ਬਤੀਤ ਕਰਨ ਦੀ ਲੋੜ ਹੈ, ਕਿਉਂ ਨਹੀਂ ਅਸੀਂ ਵੀ ਐਸ਼ ਫਿਤਰਤ ਕਰਕੇ ਆਰਾਮ ਦੀ ਜ਼ਿੰਦਗੀ ਜਿਹੜੇ ਉਹ ਗੁਜ਼ਾਰੀਏ, ਅਤੇ ਜਦੋਂ ਐਂਡ ਹੈਗਾ ਉਸਦਾ ਤਾਂ ਸਾਨੂੰ ਪਤਾ ਹੈ ਕਿ ਕੁਝ ਹੋਣਾ ਹੀ ਨਹੀਂ ਹੈ। ਇਹ ਸਵਾਲ ਹੈ, ਉਸ ਸੰਬੰਧ ਵਿੱਚ ਜਾਣਕਾਰੀ ਲੈਣੀ ਹੈ ਭਾਈ ਸਾਹਿਬ, ਭਾਈ ਜਸਬੀਰ ਸਿੰਘ ਜੀ। ਭਾਈ ਸਾਹਿਬ ਜੀ, ਹਾਂਜੀ, ਦੇਖੋ ਇਹ ਆਮ ਹੀ ਕਿਹਾ, ਜਦੋਂ ਗੱਲ ਚੱਲਦੀ ਹੈ ਤੇ ਆਮ ਹੀ ਵੀਰਾਂ ਭੈਣਾਂ ਦਾ ਸਵਾਲ ਹੁੰਦਾ ਜੀ ਕਿ ਫਿਰ ਐਸ਼ ਕਿਉਂ ਕਰੀਏ, ਰਾਈਟ। ਤੋ ਮੈਂ ਬੇਨਤੀ ਕਰਾਂ ਕਿ ਅਸੀਂ ਐਸ਼ ਕਹਿੰਦੇ ਕਿਨੂੰ ਆ, ਰਾਈਟ, ਕੀ ਐਸ਼ ਕਰਾਂਗੇ? ਆ ਜਿਹੜੇ ਡਾਊਨ ਟਾਊਨ ਚਲੇ ਜਾਓ, ਜਿਹੜੇ ਬੈਠੇ ਐਸ਼ ਹੀ ਕਰ ਰਹੇ, ਜਿਹਨਾਂ ਸੁਰਤੀ ਦੁਨੀਆਂ ਦੀ ਸੁਰਤੀ ਨਹੀਂ ਜੀ। ਅਸੀਂ ਪਹਿਲੀ ਗੱਲ ਹੈ ਕਿ ਅਸੀਂ ਐਸ਼ ਕਿਨੂੰ ਸਮਝਦੇ ਹਾਂ ਜੀ, ਜੇ ਅਸੀਂ ਬਕਾਰਾ ਕਰ ਲਾਂਗੇ, ਬਿਮਾਰੀ ਕਰ ਲਾਂਗੇ, ਇਹ ਐਸ਼ ਆ ਉਹਨੇ ਦਾ ਸਮਝਦੇ ਆ। ਔਰ ਬਹੁਤ ਸਾਰੀ ਜਿਹੜੀਆਂ ਏਡਸ ਵਗੈਰਾ ਕੀ ਹੈ, ਐਸ਼ ਦਾ ਸਿੱਟਾ ਹੀ ਆ, ਰਾਈਟ। ਜਿਹੜੇ ਨਸ਼ੇ ਪੀ ਲੈਂਦੇ ਆ, ਮੁੜ ਕੇ ਕਿਡਨੀਆਂ ਵਗੈਰਾ ਫੇਲ ਹੋ ਜਾਂਦੀਆਂ ਉਹਨਾਂ ਦੀਆਂ, ਡੈਮੇਜ ਹੁੰਦਾ ਸਰੀਰ, ਐਸ਼ ਦੇ ਨਿਸ਼ਚੇ ਜਿਹੇ ਹੀ ਆ, ਰਾਈਟ। ਕਿੰਨੇ ਆਦਮੀ ਮਿਲਦੇ ਆ ਠੀਕ ਕਿ ਜਿਹੜੇ ਐਸ਼ ਹੀ ਕਰਦੇ ਰਹੇ ਪਹਿਲਾਂ, ਹੁਣ ਰਿਜ਼ਲਟ ਭੁਗਤ ਰਹੇ ਨੇ, ਪਰ ਉਹ ਜਿਹੜੇ ਉਹ ਨਰਕ ਭੋਗ ਰਹੇ ਆ, ਉਹ ਨਾ ਜਿਉਂਦਿਆਂ 'ਚ ਨਾ ਮਰਦੇ 'ਚ ਆ ਜੀ, ਆਪਣੇ ਕੋਲ ਹੁਣ ਐਸ਼ ਹੀ ਭੋਗੀ ਆ ਜੀ। ਮਤਲਬ ਪਹਿਲੀ ਗੱਲ ਸਮਝਣ ਦੀ ਲੋੜ ਆ ਕਿ ਐਸ਼ ਹੈ ਕੀ ਆ, ਕਿਹਨੂੰ ਅਸੀਂ ਇਹ ਸਮਝਦੇ ਹਾਂ ਜੀ। ਰੋਟੀ ਦੋ ਬਲਕੇ ਵੱਧ ਖਾ ਲਾਂਗੇ, ਬਿਮਾਰ ਹੋਵਾਂਗੇ, ਜਿਹਨੇ ਜਿਹੜੀ ਕਪੈਸਿਟੀ ਜਿੰਨੀ ਸਾਡੀ ਜੀ, ਇਹ ਠੀਕ ਆ ਕਿ ਰੋਜ਼ ਤਾਂ ਵਧਾਉਣ ਨਾਲ ਮਾਤਾ ਸਾਡੀ ਵੱਧ ਜਾਊਗੀ, ਪਰ ਕਿੰਨਾ ਖਾ ਲਵਾਂਗੇ? ਖਾਣੇ ਤਾਂ ਉਨੇ ਹੀ ਆ, ਹੋਰ ਕੀ ਐਸ਼ ਕਰਾਂਗੇ ਅਸੀਂ? ਮਤਲਬ ਐਸ਼ ਦੇ ਵੀ ਵੱਖ ਵੱਖਰੇ ਅਰਥ ਲੈ ਜਾਂਦੇ ਆ ਜੀ। ਜਿਹੜੇ ਲੋਕ ਜਿਹੜੇ ਆ ਦੂਜੇ ਦਾ ਧੀਆਂ ਭੈਣਾਂ ਰੇਪ ਕਰਦੇ, ਆਪਣੇ ਨੂੰ ਐਸ਼ ਹੀ ਕਰਦੇ ਆ, ਪਰ ਉਸ ਐਸ਼ ਦਾ ਨਤੀਜਾ ਕੀ ਨਿਕਲਦਾ ਜੀ? ਆਪਣੇ ਨੂੰ ਐਸ਼ ਹੀ ਕਰਦੇ ਆ ਉਹ, ਠੀਕ। ਹੁਣ ਪੁੱਛ ਕੇ ਦੇਖੋ, ਕਹਿੰਦੇ ਐਸ਼ ਕਰ ਲਈ ਅਸੀਂ, ਜਿਹੜੇ ਦੂਜੇ ਧੀਆਂ ਭੈਣਾਂ ਦੇ ਨਰਕ ਜੀਵਨ ਬਣਾ ਰਹੇ ਆ ਜੀ, ਉਹ ਆਪਣੇ ਵੱਲ ਐਸ਼ ਹੀ ਕਰ ਰਹੇ ਸੀ, ਰਾਈਟ। ਜਿਹੜੇ ਕਾਨੂੰਨ ਬਣੇ ਹੋਏ ਇਹੋ ਜਿਹੇ ਐਸ਼ ਪ੍ਰਸਤੀਆਂ ਲਈ ਜਿਹੜੇ ਆ, ਉਹ ਉਹਨਾਂ ਨੂੰ ਬਕਾਇਦਾ ਸਜ਼ਾ ਦਿੰਦੇ ਆ ਠੀਕ। ਅੱਗੇ ਤਾਂ ਜੋ ਸੀਖ ਗਿਆ, ਪਰ ਸਾਨੂੰ ਪ੍ਰਤੱਖ ਮਿਲ ਰਹੀ ਹੈ ਕਿਵੇਂ ਉਹਨਾਂ ਨੂੰ ਮਿਲਦੀ ਆ, ਜਿੱਥੇ ਜਿਹੜਾ ਲਾਡ ਆਂਡ ਸਿਸਟਮ ਜਿਹੜਾ ਵਧੀਆ ਚੱਲ ਰਿਹਾ ਆ ਜੀ, ਉੱਥੇ ਐਸੇ ਲੋਕਾਂ ਨੂੰ ਜਿਹੜੇ ਕਾਨੂੰਨ ਦੇ ਸ਼ਿਕੰਜੇ ਵਿੱਚ ਆਉਂਦੇ ਆ, ਤੇ ਉਹਨਾਂ ਨੂੰ ਸਜ਼ਾ ਮਿਲਦੀ ਆ ਬਿਲਕੁਲ। ਉਹ ਜਿਹੜੇ ਲੋਕ ਜੇਲ੍ਹਾਂ ਵਿੱਚ ਬੈਠੇ ਆ, ਜ਼ਿਆਦਾਤਰ ਜਿਹੜੇ ਲੋਕ ਬੈਠੇ ਹੋਏ ਆ, ਤੂੰ ਐਸ਼ ਕਰਨ ਲਈ ਬੈਠੇ ਹੋਏ ਆ, ਰਾਈਟ। ਜਿਹੜੇ ਉਹ ਨਸ਼ੇ ਜ਼ਿਆਦਾ ਲੈ ਲੈਂਦੇ ਆ, ਤੂੰ ਐਸੇ ਉਹਨਾਂ ਜਿਹੜਾ ਦਿਮਾਗ ਇੰਨਾ ਅਸਰ ਹੁੰਦਾ ਕਿ ਉਹਨੂੰ ਦਿਨ ਦਿਨ ਹੋਸ਼ ਨਹੀਂ ਦੇਂਦੀ ਜੀ। ਔਰ ਐਸੇ ਸਾਨੂੰ ਅਨੇਕਾਂ ਬੰਦੇ ਅਸੀਂ ਦੇਖੇ ਜਾ ਸਕਦੇ ਆ ਕਿ ਜਿਹਨਾਂ ਨੇ ਇਸ ਭੁਲੇਖੇ ਵਿੱਚ, ਪੰਜਾਬ ਵਿੱਚ ਜਿਹੜੇ ਨਸ਼ਿਆਂ ਦਾ ਚੱਲਿਆ ਦਰਿਆ ਜਿਹੜਾ ਚੱਲ ਰਿਹਾ, ਹੁਣ ਪੰਜਵਾਂ ਦਰਿਆ ਜਿਹਦਾ ਕਹਿੰਦੇ ਆ, ਤੂੰ ਆਪਣੇ ਐਸ਼ ਹੀ ਕਰ ਰਹੇ ਸੀਗੇ ਠੀਕ। ਕਿ ਜਿਹੜੇ ਉਹ ਹਰ ਪਲ ਜਿਹੜੇ ਮੌਤ ਹੋ ਰਹੀ ਆ, ਡਿਵੋਰਸ ਹੋ ਰਹੇ ਆ, ਪਰਿਵਾਰ ਜਿਹੜੇ ਉਹ ਨਰਕ ਬਣ ਰਹੇ ਆ, ਐਸ਼ ਹੀ ਕਰ ਰਹੇ ਸੀ ਆਪਣੇ ਵੱਲੋਂ ਠੀਕ। ਤਾਂ ਗੱਲ ਇਹ ਸਾਨੂੰ ਐਸ਼ ਕੀ ਆ? ਜਿਹੜੇ ਹੁਣ ਪਸ਼ੂ ਆ ਜੋ ਖਾਵੇ ਮਸ ਰਹਿੰਦੇ, ਉਹਨਾਂ ਕੋਈ ਮਕਸਦ ਨਹੀਂ। ਜੇ ਸਾਡੀ ਵੀ ਐਸ਼ ਹੁੰਦੇ ਆ ਤੇ ਐਸ਼ ਕਿਹਨਾਂ ਕਿਤੇ ਹੋਵੇਗੀ ਕਿ ਅਸੀਂ ਆਪਣਾ ਜਿਹੜਾ ਇਹ ਜੀਵਨ ਇਸ ਤਰ੍ਹਾਂ ਕਾਇਮ ਰੱਖ ਸਕਾਂਗੇ? ਹੁਣ ਮੈਂ ਐਸ਼ ਕਰਾਂ, ਆਖਾਂ ਮੈਂ ਐਸ਼ ਕਰਾਂ, ਮੈਂ ਗੱਡੀ ਜਿਹਦੀ ਮਰਜ਼ੀ ਤੋੜਾਂ, ਕਿਹਨੇ ਕਿੰਨਾ ਚਿਰ ਲਾ ਸਕੂੰਗਾ? ਬਿਲਕੁਲ, ਤਾਂ ਰਿਜ਼ਲਟ ਤਾਂ ਮਾੜਾ ਹੀ ਹੋਏਗਾ। ਆਖਿਰ ਜਿਹੜੇ ਕੋਈ ਡਿਸਿਪਲਿਨ ਆ, ਤੂੰ ਉਹਨੂੰ ਉਸ ਸਾਨੂੰ ਡਿਸਿਪਲਿਨ 'ਤੇ ਰਹਿਣਾ ਪੈਣਾ ਠੀਕ। ਸਰਕਾਰਾਂ ਇਸ ਲਈ ਬਣਾਈਆਂ, ਕਾਨੂੰਨ ਇਸ ਲਈ ਬਣਾਏ ਜਾਂਦੇ ਆ ਜੀ ਕਿ ਬੰਦਾ ਜਿਹੜਾ, ਤੁਸੀਂ ਹੈਰਾਨ ਹੋ, ਦੇਖੋ ਜਿਹੜੇ ਪਸ਼ੂ ਪੰਛੀ ਆ ਉਹਨਾਂ ਨੂੰ ਕੋਈ ਕਾਨੂੰਨ ਨਹੀਂ ਹੁੰਦਾ ਜੀ, ਪਰ ਉਹ ਆਪਣੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਆ ਬਿਲਕੁਲ। ਜਿਹੜੀ ਪਸ਼ੂ ਜਿਹੜੇ ਆ, ਜਿਹੜੇ
ਭਾਵੇਂ ਉਹ ਭੁੱਖੇ ਮਰ ਜਾਣਗੇ ਰਾਈਟ, ਪਰ ਉਹ ਨਹੀਂ ਖਾਣਗੇ ਜੀ। ਮਤਲਬ ਹਰ ਚੀਜ਼ ਜਿਹੜੀ ਆ ਪਸ਼ੂ ਜਿਹੜੇ ਆ ਉਹ ਮਰਿਆਦਾ ਵਿੱਚ ਆ, ਲਿਮਿਟ 'ਚ ਆ, ਉਹ ਆਪਣੇ ਠੀਕ ਲੀਹਾਂ 'ਤੇ ਤੁਰੇ ਜਾ ਰਹੇ ਆ ਰਾਈਟ। ਅਤੇ ਆਦਮੀ ਜਦੋਂ ਜਿਹੜੀ ਬਾਉਂਡਰੀ ਕ੍ਰਾਸ ਕਰਦਾ ਉਦੋਂ ਉਹਦਾ ਨਤੀਜਾ ਭੁਗਤਦਾ ਬਿਲਕੁਲ। ਔਰ ਐਸਾ ਜਿਹੜਾ ਕੋਈ ਬੰਦਾ ਤੁਸੀਂ ਦੇਖੋ ਜਿਹੜਾ ਆਪਣੇ ਰਿਆਸ਼ ਕਰ ਰਿਹਾ ਅਤੇ ਮੁੜ ਕੇ ਉਹ ਦੁਹਾਤਰੇ ਮਾਰ ਕੇ ਰੋਂਦਾ ਨਹੀਂ, ਕੋਈ ਟਾਵਾਂ ਟਾ ਆਪਸ਼ਨ ਹੈ ਕਰ ਕੋਈ ਜਿਹੜਾ ਹੋ ਸਕਦਾ ਕੋਈ ਜਿਹੜਾ ਰਾਈਟ। ਬਟ ਮੈਜੋਰਿਟੀ ਕੇਸ ਜਿਹੜੇ ਜ਼ਿਆਦਾਤਰ ਜਿਹੜੇ ਆ ਬਿਲਕੁਲ, ਜਿਹੜੇ ਲੋਕ ਜਿਹੜੇ ਅੱਜ ਕੋਈ ਹਸਪਿਟਲਾਂ 'ਚ ਪਿਆ ਹੋਇਆ, ਕੋਈ ਉਦਾਂ ਘਰ ਪਿਆ ਹੋਇਆ, ਕਿਸੇ ਦਾ ਘਰ ਤਬਾਹ ਹੋ ਗਿਆ, ਬਰਬਾਦ ਹੋ ਗਿਆ ਜੀ, ਉਹ ਅੱਜ ਦੇ ਸਿੱਟੇ ਹੀ ਆ। ਮੈਂ ਪਰਸਨਲੀ ਬਹੁਤ ਸਾਰੇ ਐਸੇ ਪਰਿਵਾਰਾਂ ਨੂੰ ਜਾਣਦਾ ਕਿ ਜਿਹਨਾਂ ਦੇ ਘਰ ਵਾਲੇ ਜਿਹੜੇ ਆ ਜ਼ਿੰਮੇਵਾਰ ਜਿਹੜੇ ਵਿਅਕਤੀ ਸੀਗੇ, ਉਹ ਆਪਣੇ ਨੂੰ ਕਹਿੰਦੇ ਸੀ ਐਸ਼ ਕਰਨੀ ਆ, ਐਸ਼ ਵਿੱਚ ਉਹਨਾਂ ਦਾ ਘਰ ਵੀ ਗਿਆ, ਬੱਚੇ ਵੀ ਗਏ ਠੀਕ, ਹੁਣ ਰੋਂਦੇ ਆ ਰਾਈਟ। ਹੁਣ ਕਹਿੰਦੇ ਅਸੀਂ ਸਭ ਕੁਝ ਗਵਾ ਲਿਆ, ਸਾਨੂੰ ਸਮਝ ਹੀ ਨਾ ਆਏ ਸੀ ਇਹਨੂੰ ਐਸ਼ ਸਮਝੇ ਆ, ਤੂੰ ਗੱਲ ਵੀ ਅਸੀਂ ਐਸ਼ ਸਮਝੇ ਕਿਨੂੰ ਆ ਠੀਕ। ਗੁਰੂ ਸਾਹਿਬ ਨੇ ਸਾਨੂੰ ਕਿਹਾ ਆ ਕਿ ਆਨੰਦ ਆਨੰਦ ਸਭ ਕੋ ਕਹਿ, ਕਿ ਸਾਰੇ ਆਪਣੇ ਵੱਲੋਂ ਕਹਿ ਬੜੇ ਆਨੰਦ ਵਿੱਚ ਆ ਜੀ, ਆਨੰਦ ਮਾਰ ਰਹੇ ਹਾਂ, ਪਰ ਗੁਰੂ ਕਹਿੰਦਾ ਨਹੀਂ ਭਲਿਓ, ਆਨੰਦ ਗੁਰੂ ਤੇ ਜਾਣੇ ਆ ਠੀਕ। ਜਿਹੜਾ ਆਨੰਦ ਆ ਜਿਹੜੀ ਅਸਲ ਐਸ਼ ਆ ਉਹ ਗੁਰੂ ਕੋਲੋਂ ਪਤਾ ਲੱਗਦਾ ਜੀ, ਕਿ ਅਸਲ ਆਨੰਦ ਕੀ ਆ ਠੀਕ। ਗੁਰੂ ਨੇ ਸਾਨੂੰ ਦੱਸਿਆ ਕਿ ਭਾਈ ਜੇ ਆਨੰਦਮਈ ਜੀਵਨ ਜੀਣਾ ਚਾਹੁੰਦੇ ਹੋ ਤੇ ਆਨੰਦਮਈ ਜੀਵਨ ਜਿਹੜਾ ਆ ਉਹ ਇੱਕ ਮਰਿਆਦਾ ਵਿੱਚ ਆ ਠੀਕ, ਉਹ ਸੰਜਮ ਵਿੱਚ ਆ, ਉਹ ਆਪਣੀਆਂ ਜਿਹੜੀਆਂ ਰੁਚੀਆਂ ਵਾਸ਼ਨਾਵਾਂ ਉਹਨਾਂ ਨੂੰ ਕੰਟਰੋਲ ਵਿੱਚ ਆ ਜੀ, ਉਹ ਇਨਸਾਨੀਅਤ ਭਰਪੂਰ ਜੀਵਨ ਜਿਉਣ ਵਿੱਚ ਆ ਠੀਕ। ਔਰ ਦੇਖੋ ਗੁਰਬਾਣੀ ਵਿੱਚ ਜਦੋਂ ਦੁੱਖ ਸੁੱਖ ਦੀ ਵੀ ਗੱਲ ਆਈ ਇਸ ਲਈ ਜੀ, ਤਾਂ ਜਦੋਂ ਅਸੀਂ ਜਿਹਨੂੰ ਦੁੱਖ ਜਾਂ ਸੁੱਖ ਕਹਿੰਦੇ ਹਾਂ ਗੁਰਬਾਣੀ ਵਿੱਚ ਇਹ ਠੀਕ ਆ ਕਿ ਇਸ ਅਰਥ ਵਿੱਚ ਵੀ ਇਹ ਸ਼ਬਦ ਵਰਤੇ ਗਏ ਆ ਜੀ, ਪਰ ਜਿਹੜੀ ਗੱਲ ਆਉਂਦੀ ਹੈ ਕਿ ਕੇਵਲ ਗੁਰੂ ਕੋਲੋਂ ਮਿਲਦਾ ਤਾਂ ਉੱਥੇ ਸੁੱਖ ਦਾ ਭਾਵ ਉਹ ਨਹੀਂ ਜੋ ਅਸੀਂ ਆਮ ਲੈਂਦੇ ਹਾਂ ਜੀ, ਸੁੱਖ ਤੋਂ ਭਾਵ ਜਿਹੜੀ ਆ ਉਹ ਧਨ ਦੌਲਤ ਨਹੀਂ ਰਾਈਟ, ਉਹ ਜਿਹੜੀਆਂ ਧਨ ਦੌਲਤ ਸਾਨੂੰ ਸੁਵਿਧਾਵਾਂ ਦੇ ਸਕਦੀ ਆ, ਸਹੂਲਤਾਂ ਦੇ ਸਕਦੀ ਆ, ਸੁੱਖ ਨਹੀਂ ਦੇ ਸਕਦੀ। ਗੁਰੂ ਜੀ ਸੁੱਖ ਦੀ ਗੱਲ ਕਰ ਰਹੇ ਆ ਕਿ ਗੁਰੂ ਕੋਲੋਂ ਹੀ ਮਿਲਦਾ ਜੀ ਤਾਂ ਉਹ ਸੁੱਖ ਹੈਗਾ ਇੱਕ ਜੀਵਨ, ਇੱਕ ਉਚੇਰਾ ਜੀਵਨ, ਸੱਚਾ ਸੁੱਚਾ ਜੀਵਨ। ਜਿਹੜੀ ਦੁੱਖ ਦੀ ਗੱਲ ਕੀਤੀ ਹੋਈ ਆ ਕਿ ਦੁੱਖ ਨੇੜੇ ਨਹੀਂ ਆਉਂਦੇ ਜੀ, ਦੁੱਖਾਂ ਦਾ ਇਹ ਭਾਵ ਨਹੀਂ ਕਿ ਉਹਨੂੰ ਮੁਸ਼ਕਿਲਾਂ ਨਹੀਂ ਆਉਂਦੀਆਂ, ਕਿਉਂਕਿ ਅਸੀਂ ਮੁਸ਼ਕਿਲ ਸਾਡੀ ਇਹ ਆ ਕਿ ਅਸੀਂ ਗੁਰਬਾਣੀ ਨੂੰ ਰਸਮੀ ਤੌਰ 'ਤੇ ਹੀ ਜ਼ਿਆਦਾਤਰ ਪੜ੍ਹਿਆ ਠੀਕ ਵਿਚਾਰਿਆ, ਔਰ ਸਾਡੀਆਂ ਸਟੇਜਾਂ 'ਤੇ ਵੀ ਜ਼ਿਆਦਾਤਰ ਸਾਡੀਆਂ ਵਾਸ਼ਨਾਵਾਂ ਨੂੰ ਹੀ ਉਭਾਰਿਆ, ਇਹਦੇ ਸਾਡੇ ਦਿਲ ਦਿਮਾਗ ਵਿੱਚ ਉਹੀ ਕੁਝ ਬੈਠਾ ਹੋਇਆ ਕਿ ਜਦੋਂ ਦੁੱਖ ਸੁੱਖ ਦੀ ਵੀ ਗੱਲ ਆਉਂਦੀ ਆ ਜੀ ਤਾਂ ਅਸੀਂ ਸਮਝਦੇ ਹਾਂ, ਜਿਹੜੀ ਆਮ ਅਸੀਂ ਸਾਡੀ ਜੋ ਪਰਿਭਾਸ਼ਾ ਕੀਤੀ ਹੋਈ ਆ ਦੁੱਖ ਸੁੱਖ ਦੀ, ਅਸੀਂ ਉਹੀ ਸਮਝਦੇ ਹਾਂ ਰਾਈਟ। ਔਰ ਇਹੀ ਕਾਰਨ ਆ ਕਿ ਜਿਹੜੇ ਸਾਡੇ ਖਾਸ ਇਤਿਹਾਸਿਕ ਗੁਰਦੁਆਰੇ ਆ ਉਹਨਾਂ ਨਾਲ ਜੁੜਿਆ ਹੋਇਆ ਕਿ ਇੱਥੇ ਕਾਮਨਾ ਪੂਰੀਆਂ ਹੋਣਗੀਆਂ ਠੀਕ, ਤੁਹਾਡੇ ਦੁੱਖ ਦਰਿੱਦਰ ਦੂਰ ਹੋਣਗੇ, ਸਰੋਵਰਾਂ ਬਾਰੇ ਇਹੋ ਜਿਹੀ ਧਾਰਨਾ ਬਣਾਈ ਅਪਣਾਈ ਗਈ ਆ ਬਿਲਕੁਲ। ਪਰ ਗੁਰੂ ਸਾਹਿਬ ਸਾਨੂੰ ਦੱਸਦੇ ਆ ਕਿ ਅਸਲ ਜਿਹੜੇ ਆ ਉਹ ਕਹਿੰਦੇ ਆ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਠੀਕ, ਐਸਾ ਇਸ ਦੁਨੀਆਂ ਵਿੱਚ ਕੋਈ ਇਨਸਾਨ ਨਹੀਂ ਨਾ ਹੋਣਾ ਕਿ ਜਿਹਨੂੰ ਇਸ ਸੰਸਾਰ ਵਿੱਚ ਵਿਚਰਦੇ ਹਾਂ ਕੋਈ ਸਮੱਸਿਆ ਨਹੀਂ ਆਉਂਦੀ, ਦੁੱਖ ਸੁੱਖ ਜਿਹੜੇ ਆ ਕੱਪੜੇ ਵਾਂਗੂ ਆ ਮਨੁੱਖ ਨੂੰ ਪਾਉਣੇ ਹੀ ਪੈਂਦੇ ਆ। ਇਸ ਲਈ ਗੁਰੂ ਸਾਹਿਬ ਨੇ ਇਹਨਾਂ ਦੁੱਖਾਂ ਦੀ ਗੱਲ ਕੀਤੀ ਨਹੀਂ। ਹਾਂ ਗੁਰੂ ਸਾਹਿਬ ਨੇ ਜਿਹਨਾਂ ਨੂੰ ਮੈਂ ਕੋਈ ਪ੍ਰਮਾਣ ਸਾਂਝੇ ਕਰਾਂ ਤਾਂ ਕਿ ਮੇਰੇ ਵੀਰ ਭੈਣ ਜਿਹੜੇ ਆ ਉਹ ਫਿਰ ਉਹਨਾਂ ਨੂੰ ਇਹ ਆਖਣ ਦਾ ਮੌਕਾ ਨਾ ਮਿਲੇ ਕਿ ਮੈਂ ਕੋਲੋਂ ਕੋਈ ਸਿਧਾਂਤ ਘੜ ਰਿਹਾ ਜੀ, ਤਾਂ ਇਹ ਲਈ ਮੈਂ ਗੁਰਬਾਣੀ ਦੇ ਸ਼ਬਦ ਜ਼ਰੂਰ ਕੋਟ ਕਰਾਂ। ਗੁਰੂ ਸਾਹਿਬ ਜਦੋਂ ਸੁੱਖ ਦੀ ਗੱਲ ਕਰਦੇ ਆ ਜੀ ਕਿ ਗੁਰੂ ਕੋਲੋਂ ਸਾਨੂੰ ਕਿਹੋ ਜਿਹਾ ਸੁੱਖ ਮਿਲਦਾ, ਤਾਂ ਗੁਰੂ ਸਾਹਿਬ ਜੀ ਤਾਂ ਕਹਿੰਦੇ ਆ ਸਤਿਗੁਰੂ ਮਿਲੀ ਹੈ ਸਦਾ ਸੁੱਖ, ਜਿਸ ਨੂੰ ਆਪੇ ਮੇਲੇ ਸੋਏ ਠੀਕ। ਫਿਰ ਅਗਲੀ ਪੌਦੀ ਕਹਿੰਦੇ ਆ ਕਿ ਸੁੱਖ ਹੈ ਇਹ ਵਿਵੇਕ ਹੈ ਅੰਤਰ ਨਿਰਮਲ ਹੋਏ। ਇਹਦਾ ਭਾਵ ਇਹ ਆ ਕਿ ਜਿਹੜਾ ਗੁਰੂ ਕੋਲੋਂ ਸੁੱਖ ਮਿਲਦਾ ਜੀ, ਜਿਹੜਾ ਸੁੱਖ ਗੁਰੂ ਸਾਡੀ ਝੋਲੀ ਵਿੱਚ ਪਾਉਂਦਾ, ਜਿਸ ਸੁੱਖ ਦੀ ਗੁਰੂ ਗੱਲ ਕਰਦਾ, ਉਹ ਸੁੱਖ ਦੀ ਪਛਾਣ ਇਹ ਹੈ, ਉਹ ਸੁੱਖ ਦੀ ਪਰਿਭਾਸ਼ਾ ਇਹ ਹੈ ਕਿ ਅੰਤਰ ਨਿਰਮਲ ਹੋਏ, ਕਿ ਉਸ ਮਨੁੱਖ ਦਾ ਜਿਹੜਾ ਗੁਰੂ ਕੋਲੋਂ ਇਹ ਸੁੱਖ ਪਾਉਂਦਾ ਜੀ, ਉਹ ਜਿਹੜਾ ਅੰਦਰਲਾ ਅੰਤਰ ਨਿਰਮਲ ਹੋਏ, ਅੰਤਰ ਨਿਰਮਲ ਤੋਂ ਭਾਵ ਉਹਦਾ ਮਨ ਪਵਿੱਤਰ ਹੋ ਜਾਂਦਾ ਰਾਈਟ, ਮਨ ਵਿੱਚ ਕੋਈ ਵਿਕਾਰਾਂ ਦੀ ਮੈਲ ਨਹੀਂ ਰਹਿੰਦੀ, ਮਨ ਵਿੱਚ ਕੋਈ ਐਬ ਨਹੀਂ ਰਹਿੰਦਾ, ਕੋਈ ਭੈੜ ਨਹੀਂ ਰਹਿੰਦਾ, ਅੰਤਰ ਨਿਰਮਲ ਹੋਏ ਜੀ, ਅਗਿਆਨ ਕਾ ਭਰਮ ਕਟੀ ਹੈ ਗਿਆਨ ਪ੍ਰਾਪਤ ਹੋਏ ਜੀ, ਉਸਦੇ ਅੰਦਰੋਂ ਜਿਹੜਾ ਅਗਿਆਨ ਦਾ ਭਰਮ ਆ ਅੰਧੇਰ ਆ ਉਹ ਉਸਦੇ ਅੰਦਰੋਂ ਮਿਟ ਜਾਂਦਾ ਹੈ, ਔਰ ਉਹਨੂੰ ਗਿਆਨ ਦੀ ਸੋਝੀ ਹੁੰਦੀ ਆ, ਗਿਆਨ ਪ੍ਰਾਪਤ ਹੁੰਦਾ ਜੀ। ਔਰ ਫਿਰ ਗੁਰੂ ਸਾਹਿਬ ਕਹਿੰਦੇ ਆ ਕਿ ਨਾਨਕ ਏਕੋ ਨਦਰੀ ਆਇਆ ਜਾਂ ਦੇਖਾ ਤਹਿ ਸੋਏ, ਇਹ ਸੁੱਖ ਦਾ ਰੂਪ ਆ, ਫਿਰ ਉਹ ਜਿਸ ਪਾਸੇ ਦੇਖਦਾ ਉਹਨੂੰ ਰੱਬ ਹੀ ਨਜ਼ਰ ਆਉਂਦਾ, ਰੱਬ ਹੀ ਵਿਆਪਕ ਦਿਸਦਾ ਜੀ। ਉਹ ਜਿਸ ਬੰਦੇ ਨੂੰ ਇਹ ਸੁੱਖ ਮਿਲਿਆ ਉਹ ਕਿਸੇ ਦੀ ਜੇਬ ਕੱਟੂਗਾ, ਕਿਸੇ ਨਾਲ ਫਿਰੀ ਕਰੂਗਾ, ਬੇਈਮਾਨੀ ਕਰੂਗਾ, ਕਪਟ ਕਰੂਗਾ, ਉਹ ਕਿਸੇ ਦਾ ਗਲਾ ਕੱਢੂਗਾ ਆਪਣੇ ਸਵਾਰਥ ਲਈ,
ਸੁਖ ਮੰਨ ਰਹੇ ਆ, ਰਾਈਟ, ਐਸ਼ੀਸ਼ ਦੀ ਜ਼ਿੰਦਗੀ ਜਿਉ ਰਹੇ ਆ, ਪਰ ਉਹ ਐਸ਼ੀਸ਼ ਦੇ ਜੋ ਅਸੀਂ ਸਮਝੋ ਉਹਦਾ ਬਿਮਾਰੀਆਂ ਦਾ ਘਰ ਆ, ਰਾਈਟ, ਉਹਦਾ ਪਸ਼ੂ ਪੁਣਾ, ਉਹ ਕਿੰਨਾ ਚਿਰ ਕਰ ਲਵਾਂਗੇ? ਅਤੇ ਇਸ ਲਈ ਸਾਨੂੰ ਸਮਝਣ ਦੀ ਲੋੜ ਆ ਗੁਰਬਾਣੀ ਵਿੱਚੋਂ ਕਿ ਜਿਸ ਸੁੱਖ ਦੀ, ਜਿਸ ਆਨੰਦ ਦੀ ਗੁਰੂ ਸਾਹਿਬ ਗੱਲ ਕਰ ਰਹੇ ਆ, ਉਹ ਸੁੱਖ ਇੱਕ ਵੇ ਆਫ ਲਾਈਫ ਆ, ਠੀਕ, ਸਾਡਾ ਜੀਵਨ ਦਾ ਇੱਕ ਢੰਗ ਆ, ਜੀਵਨ ਸ਼ੈਲੀ ਆ, ਕਿ ਗੁਰੂ ਸਾਨੂੰ ਇਹੋ ਜਿਹਾ ਸੁੱਖ ਦਿੰਦਾ, ਇਹੋ ਜਿਹੀ ਐਸ਼ ਦਿੰਦਾ ਜੀ, ਕਿ ਜਿਹੜੀ ਐਸ਼ ਬੰਦਾ ਤਤੀਆਂ ਤਵੀਆਂ 'ਤੇ ਬੈਠਾ ਹੋਇਆ, ਖੋਪਰੀਆਂ ਲੁਹਾਉਂਦਾ ਹੋਇਆ ਜੀ, ਬੰਦ ਬੰਦ ਕਟਾਉਂਦਾ ਹੋਇਆ, ਚਰਖੜੀਆਂ 'ਤੇ ਚੜ੍ਹਦਾ ਹੋਇਆ, ਵੀ ਜਿਹੜਾ ਸੁੱਖ ਜਿਹੜਾ ਉਹ ਸੁੱਖ ਦੂਰ ਨਹੀਂ ਹੁੰਦਾ, ਇਸ ਸੁੱਖ ਨੂੰ ਮਾਣਦਾ। ਅਸੀਂ ਦੇਖਦੇ ਹਾਂ, ਆਪਣਾ ਇਤਿਹਾਸ ਵਾਲੀ ਨਜ਼ਰ ਮਾਰੀਏ, ਕਿ ਅਸੀਂ ਦੇਖਦੇ ਹਾਂ ਕਿ ਬੜੇ ਕਸ਼ਟ ਆਏ ਆ, ਬੜੀਆਂ ਮੁਸੀਬਤਾਂ ਸਹੀ ਆ ਜੀ, ਤਾਂ ਕਿਸੇ ਨੇ ਵੀ ਉਫ ਕੀਤੀ ਆ? ਨਾ, ਸਾਰਿਆਂ ਨੇ ਬੜੀ ਖੁਸ਼ੀ ਖੁਸ਼ੀ ਨਾਲ ਪ੍ਰਵਾਨ ਕੀਤਾ। ਬਿਲਕੁਲ। ਔਰ ਫਿਰ ਸਾਡਾ ਦੇਖੋ, ਜਿਹੜਾ ਗੁਰੂ ਸਾਹਿਬ ਨੇ ਜੋ ਸਾਨੂੰ ਮਾਰਗ ਦੱਸਿਆ ਜੀ, ਜੇਕਰ ਜਿਹਨੂੰ ਅਸੀਂ ਐਸ਼ ਸਮਝਦੇ ਹਾਂ, ਜੇਕਰ ਗੁਰੂ ਸਾਹਿਬ ਇਹਨੂੰ ਐਸ਼ ਕਹਿੰਦੇ, ਤੇ ਗੁਰੂ ਸਾਹਿਬ ਨੂੰ ਸ਼ਹਾਦਤਾਂ ਦੇਣ ਦੀ ਲੋੜ ਨਹੀਂ ਸੀ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਮੁੱਖ ਕਾਰਨ ਜਿਹੜਾ ਜੀ, ਉਹ ਜਿਹੜੀ ਉਹਨਾਂ ਵੱਲੋਂ ਪ੍ਰਚਾਰਿਆ ਜਾ ਰਿਹਾ, ਜਿਹਨਾਂ ਵਹਿਮਾਂ ਭਰਮਾਂ ਤੋਂ, ਪਖੰਡ ਤੋਂ, ਗੁਲਾਮੀ ਤੋਂ, ਜਿੱਥੋਂ ਮਨੁੱਖ ਨੂੰ ਉਭਾਰਿਆ ਜਾ ਰਿਹਾ, ਬਾਹਰ ਕੱਢਿਆ ਜਾ ਰਿਹਾ ਜੀ। ਧਾਰਮਿਕ ਆਗੂ ਵੀ ਔਖਾ, ਰਾਜਨੀਤਿਕ ਲੋਕ ਵੀ ਔਖੇ ਆ, ਕਿਉਂਕਿ ਮਨੁੱਖਾਂ ਨੂੰ ਜਮਾਂਧਰੂ ਹੱਕਾਂ ਤੋਂ ਸੁਚੇਤ ਕਰ ਰਹੇ ਆ, ਜਾਗਰੂਕ ਕਰ ਰਹੇ ਆ ਜੀ। ਜੇਕਰ ਗੁਰੂ ਸਾਹਿਬ ਆਮ ਧਾਰਮਿਕ ਆਗੂਆਂ ਵਾਂਗੂ ਆਰਾਮ ਨਾਲ ਬੈਠੇ, ਆਰਾਮ ਨਾਲ ਜਪਦੇ ਰਹਿੰਦੇ, ਹੱਥ 'ਚ ਮਾਲਾ ਫੜ ਕੇ, ਗੁਰੂ ਸਾਹਿਬ ਨੂੰ ਸ਼ਹੀਦੀ ਨਹੀਂ ਸੀ ਦੇਣੀ ਪੈਣੀ, ਸ਼ਹੀਦ ਨਾ ਹੁੰਦੇ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚਾਰੇ ਲਾਲ ਨਾ ਵਾਰਨੇ ਪੈਂਦੇ, ਅਨੰਦਪੁਰ ਨਾ ਛੱਡਣਾ ਪੈਂਦਾ, ਗੁਰੂ ਤੇਗ ਬਹਾਦਰ ਮਾਰ ਨੂੰ ਸ਼ਹੀਦੀ ਦੇਣ ਦੀ ਲੋੜ ਹੀ ਨਹੀਂ ਸੀ। ਜੇਕਰ ਰਾਮ ਨਾਮ ਜਪਣਾ ਦਾ ਇਹੀ ਮਕਸਦ ਹੁੰਦਾ, ਇਹੀ ਹੁੰਦਾ, ਤਾਂ ਬੜੇ ਆਰਾਮ ਨਾਲ ਸੂ ਸਰਕਾਰ ਜਿਹੜੀ ਆ ਸਹਿਯੋਗ ਦਿੰਦੀ, ਰਾਈਟ, ਧਾਰਮਿਕ ਆਗੂ ਸਹਿਯੋਗ ਦਿੰਦੇ। ਬਿਲਕੁਲ। ਔਰ ਇਹ ਵਰਤਾਰਾ ਅੱਜ ਵੀ ਆ। ਬਿਲਕੁਲ ਜੀ, ਰਾਮ ਨਾਮ ਜਪਣਾ, ਪਰਾਇਆ ਮਾਲ ਹੜੱਪਣਾ, ਉਹ ਵਾਲੀ ਜਿਹੜੇ ਇੱਕ ਅੱਜ ਇੱਕ ਬਣ ਗਈ ਗੱਲ, ਇਹ ਅਸਲ ਸਿਧਾਂਤ ਇਹੀ ਸੀ ਕਿ ਨਿਰਮਲਤਾ ਆਉਂਦੀ, ਪਤਾ ਸਮਝ ਸਾਨੂੰ ਹੁੰਦੀ ਕਿ ਅਸਲ ਵਿੱਚ ਐਸ਼ ਹੈ ਕੀ ਹੈ। ਪਰ ਜਿਸ ਤਰੀਕੇ ਦੇ ਕੋਨੋਟੇਸ਼ਨ ਅਸੀਂ ਦਿੱਤੇ, ਅੱਜ ਉਸਦੇ ਫਲਸਰੂਪ ਅਸੀਂ ਦੇਖ ਰਹੇ ਹਾਂ ਕਿ ਕੀ ਸਮੱਸਿਆਵਾਂ 'ਚ ਅਸੀਂ ਲੰਘ ਰਹੇ ਹਾਂ। ਇਸੇ ਵਿਸ਼ੇ ਨੂੰ ਅਗਲੇ ਹਫ਼ਤੇ ਕੰਟੀਨਿਊ ਕਰਾਂਗੇ। ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਸਮਾਪਤੀ। ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਗੁਰਬਾਣੀ ਇੱਕ ਜੀਵਨ ਜਾਚ ਹੈ, ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਕਿਵੇਂ ਅਸੀਂ ਚੰਗੇ ਇਨਸਾਨ ਬਣਨਾ ਹੈ, ਅਤੇ ਉਸ ਵਾਸਤੇ ਜਿਸ ਤਰੀਕੇ ਨਾਲ ਅਸੀਂ ਸਮਝਦੇ ਹਾਂ ਆਪਣੇ ਹਿਸਾਬ ਨਾਲ, ਜੋ ਅਸੀਂ ਗੁਰਬਾਣੀ ਨੂੰ ਜਦੋਂ ਤੋੜ ਮਰੋੜ ਕੇ ਪੇਸ਼ ਕਰਦੇ ਹਾਂ, ਉਸ ਨਾਲ ਪ੍ਰੋਬਲਮਸ ਇਹ ਆਉਂਦੀਆਂ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸਲ ਵਿੱਚ ਗੁਰੂ ਸਾਹਿਬ ਕਹਿ ਕੀ ਰਹੇ ਨੇ। ਹਰ ਥਾਂ ਦੇ ਉੱਤੇ ਗੁਰੂ ਸਾਹਿਬ ਨੇ ਜੋ ਕਿਹਾ ਉਹ ਸੱਚ ਹੈ, ਉਸਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਪਰ ਕੀ ਹਰ ਇੱਕ ਥਾਂ ਜੋ ਤੁੱਕ ਹੈ ਕਿ ਉਸਨੂੰ ਹਰ ਥਾਂ ਲਾਇਆ ਜਾ ਸਕਦਾ ਹੈ? ਨਹੀਂ। ਇਸੇ ਕਰਕੇ ਰਹਾਓ ਦੀ ਤੁੱਕ ਵਿੱਚੋਂ ਜਿਹੜਾ ਸਾਨੂੰ ਉਹ ਇੱਕ ਮੈਸੇਜ ਮਿਲਦਾ ਹੈ, ਅਤੇ ਉਸ ਦੇ ਪ੍ਰਸੰਗ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ, ਤਾਂ ਸਭ ਕੁਝ ਕ੍ਰਿਸਟਲ ਕਲੀਅਰ ਹੋ ਜਾਂਦਾ ਹੈ। ਇਸੇ ਵਿਸ਼ੇ ਦੇ ਉੱਤੇ ਅਗਲੇ ਹਫ਼ਤੇ ਵੀ ਗੱਲਬਾਤ ਕਰਾਂਗੇ। ਜ਼ਰੂਰ ਆਪਣੀ ਫੀਡਬੈਕ ਵੀ ਦੇਣਾ, ਅਤੇ ਤੁਹਾਡੇ ਕੋਲ ਵੀ ਜੇਕਰ ਕੋਈ ਸਵਾਲ ਹੋਣ, ਕਿਉਂਕਿ ਇਹ ਪਿਛਲੇ 3-4 ਹਫ਼ਤਿਆਂ ਤੋਂ ਅਸੀਂ ਉਹੀ ਕਰ ਰਹੇ ਹਾਂ ਗੱਲਬਾਤ, ਕਿ ਜਿਹੜੇ ਸਵਾਲ ਤੁਸੀਂ ਭੇਜੇ ਉਹਨਾਂ ਦੇ ਹੀ ਜਵਾਬ ਲੈ ਕੇ ਹਾਜ਼ਰ ਹੋ ਰਹੇ ਹਾਂ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ। 604-603-7575 ਜਾਂ ਫਿਰ ਈਮੇਲ ਰਾਹੀਂ harpreetsingshow@gmail.com। ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/harpreetsingshow ਤੇ ਵੀ ਜਾ ਕੇ ਦੁਬਾਰਾ ਦੇਖ ਸਕਦੇ ਹੋ। ਨਾਲ ਹੀ ਸਾਡੀ ਵੈਬਸਾਈਟ ਦੇ ਉੱਤੇ ਵੀ ਹੁਣ ਤੁਸੀਂ ਕਮੈਂਟਸ ਵੀ ਜ਼ਰੂਰ ਦਿਓ, ਅਤੇ ਨਾਲ ਜਾ ਕੇ ਉੱਥੇ ਇਹ ਸਾਰੇ ਆਰਕਾਈਵਡ ਐਪੀਸੋਡਸ ਵੀ ਦੇਖ ਸਕਦੇ ਹੋ। ਵੈਬਸਾਈਟ ਹੈ ਸਾਡੀ harpreetsingshow@harpreetsingshow.com। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।